ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀਆਂ ਤ੍ਰਿੰਜਨ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਹਾਂ ਹਮੇਸ਼ਾ ਚੰਗੇ ਲੱਗਣ ਬਾਰੇ, ਕਿਵੇਂ ਤੁਸੀਂ ਹਮੇਸ਼ਾ ਸੋਹਣੇ ਲੱਗ ਸਕਦੇ ਹੋ ਪਰ ਬਜਟ ਤੇ। ਅੱਜ ਦੀ ਵੀਡੀਓ ਵਿੱਚ ਨਾ ਤਾਂ ਆਪਾਂ ਕਿਸੇ ਲਗਜ਼ਰੀ ਆਈਟਮਸ ਦੀ ਗੱਲ ਕਰਾਂਗੇ, ਨਾ ਹੀ ਕੋਈ ਰਿਚ ਆਈਟਮਸ ਦੀ, ਕੋਈ ਮਹਿੰਗੇ ਆਈਟਮਸ ਦੀ, ਇਹਨਾਂ ਦੀ ਕੋਈ ਗੱਲ ਨਹੀਂ ਹੋਵੇਗੀ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਹਰ ਅਮੀਰ ਬੰਦਾ ਸੋਹਣਾ ਹੀ ਲੱਗੇ। ਸੋ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਬਹੁਤ ਪੈਸੇ ਖਰਚ ਰਹੇ ਹੋ ਤੁਸੀਂ ਤਾਂ ਹੀ ਸੋਹਣੇ ਲੱਗ ਸਕਦੇ ਹੋ, ਤੁਸੀਂ ਕੁਝ ਚੀਜ਼ਾਂ ਦਾ ਧਿਆਨ ਰੱਖ ਕੇ ਵੀ ਚੰਗੇ ਅਤੇ ਸੋਹਣੇ ਲੱਗ ਸਕਦੇ ਹੋ। ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਬਾਰੇ ਗੱਲ ਕਰਾਂਗੇ। ਚੰਗੇ ਦਿਸਣ ਲਈ ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਦੀ ਲੋੜ ਹੁੰਦੀ ਹੈ, ਨਹਾਉਣ ਦੀ। ਤੁਸੀਂ ਕਦੇ ਧਿਆਨ ਦਿੱਤਾ, ਜੇ ਤੁਸੀਂ ਕਦੇ ਬੱਸ ਵਿੱਚ ਟਰੈਵਲ ਕਰ ਰਹੇ ਹੋ, ਆਟੋ ਵਿੱਚ, ਕਿਸੇ ਵੀ ਪਬਲਿਕ ਟਰਾਂਸਪੋਰਟ ਵਿੱਚ ਜੇ ਤੁਸੀਂ ਟਰੈਵਲ ਕਰ ਰਹੇ ਹੋ, ਤੁਹਾਡੇ ਨਾਲ ਦੀ ਸਵਾਰੀ 'ਚ ਬਹੁਤ ਮਾਰ ਰਹੀ ਹੋਵੇ, ਉੱਥੇ ਬਹਿਣਾ ਔਖਾ ਹੋ ਜਾਂਦਾ। ਹੋ ਸਕਦਾ ਉਹਨੇ ਡੋਲਚੇ ਗਬਾਨਾ ਪਾਇਆ ਹੋਵੇ, ਬਟ ਕੀ ਕਰਨਾ, ਇੱਦਾਂ ਦੇ ਡੋਲਚੇ ਗਬਾਨੇ ਤਾਂ ਜਦੋਂ ਬੰਦਾ ਸਾਹ ਲੈਣਾ ਉੱਥੇ ਔਖਾ ਹੋਇਆ ਹੋਇਆ। ਸੋ ਨਹਾਉਣਾ ਬਹੁਤ ਜ਼ਰੂਰੀ ਹੈ, ਵੈਸੇ ਤਾਂ ਇੱਕ ਪਰਸਨਲ ਪ੍ਰੈਫਰੈਂਸ ਹੁੰਦੀ ਹੈ, ਬਟ ਆਈ ਥਿੰਕ ਜੋ ਤੁਸੀਂ ਨਹਾਉਂਦੇ ਹੋ ਤੁਹਾਡੀ ਬਾਡੀ ਰਿਫਰੈਸ਼ ਹੋ ਜਾਂਦੀ ਹੈ, ਤਰੋ ਤਾਜ਼ੀ ਹੋ ਜਾਂਦੀ ਹੈ, ਤਾਂ ਤੁਸੀਂ ਵੈਸੇ ਵੀ ਦਿਨ ਦੀ ਸ਼ੁਰੂਆਤ ਬਹੁਤ ਚੰਗੇ ਤਰੀਕੇ ਨਾਲ ਕਰਦੇ ਹੋ, ਤਾਂ ਹਮੇਸ਼ਾ ਚੰਗੀ ਤਰ੍ਹਾਂ ਨਹਾਉਣਾ ਜ਼ਰੂਰੀ ਹੈ। ਉਹਦੇ ਨਾਲ ਤੁਸੀਂ ਵੈਸੇ ਹੀ ਇਹ ਹਿਸਾਬ ਲਾ ਲਓ ਕਿ ਤੁਸੀਂ 50% ਤੁਹਾਡਾ ਰਾਤਾ ਤੁਸੀਂ ਸਰ ਕਰ ਲਿਆ ਹੈ ਚੰਗੇ ਦਿਸਣ ਵਾਲਾ। ਨਹਾਉਣ ਤੋਂ ਬਾਅਦ ਅਗਲੀ ਚੀਜ਼ ਆਉਂਦੀ ਹੈ ਸਕਿਨ ਕੇਅਰ ਅਤੇ ਹੇਅਰ ਕੇਅਰ ਦੀ, ਭਾਵ ਤੁਹਾਡੀ ਚਮੜੀ ਅਤੇ ਵਾਲਾਂ ਦੀ ਦੇਖਭਾਲ ਦੀ। ਥੋੜਾ ਜਿਹਾ ਇਹਨੂੰ ਸੋਚ ਕੇ ਵੇਖੋ, ਫੋਰ ਐਗਜ਼ਾਮਪਲ ਤੁਸੀਂ ਬਹੁਤ ਹੀ ਮਹਿੰਗੇ ਕੱਪੜੇ ਪਾਏ ਹੋਏ, ਕੋਈ ਬਹੁਤ ਹਾਈ ਐਂਡ ਬ੍ਰਾਂਡਡ ਕੱਪੜੇ ਪਾਏ ਹੋਏ, ਬ੍ਰਾਂਡਡ ਮੇਕਅਪ ਕੀਤਾ ਹੋਇਆ ਹੈ, ਜਿਊਲਰੀ ਬਹੁਤ ਵਧੀਆ ਹੈ, ਪਰ ਤੁਹਾਡੀ ਸਕਿਨ ਫਟੀ ਹੋਈ ਹੈ, ਕੰਨਾਂ ਦੇ ਪਿੱਛੇ ਮੈਲ ਹੈ, ਨਹੁੰ ਚੰਗੀ ਤਰ੍ਹਾਂ ਤੁਸੀਂ ਟ੍ਰਿਮ ਨਹੀਂ ਕੀਤੇ ਹੈਗੇ, ਇਸ ਤੋਂ ਇਲਾਵਾ ਨਕਲਸ ਗੰਦੇ ਹਨ, ਉਹ ਕਿੱਦਾਂ ਦਾ ਲੱਗੇਗਾ ਤੁਹਾਡਾ ਜਿਹੜਾ ਬਹੁਤ ਵੀ ਤੁਸੀਂ ਹਾਈ ਫਾਈ ਜੇ ਫੈਸ਼ਨ ਵੀ ਕੀਤਾ ਹੋਵੇਗਾ। ਸੋ ਇਨਸਟੈਡ ਕੋਸ਼ਿਸ਼ ਕਰੋ ਕਿ ਤੁਹਾਡੀ ਸਕਿਨ ਦਾ ਅਤੇ ਵਾਲਾਂ ਦਾ ਧਿਆਨ ਰੱਖੋ। ਤੁਸੀਂ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰਨ ਲਈ ਜ਼ਰੂਰੀ ਨਹੀਂ ਕਿ ਬਹੁਤ ਜ਼ਿਆਦਾ ਵੱਡੇ ਬ੍ਰਾਂਡਸ ਤੇ ਹੀ ਪੈਸੇ ਲਾਉਣੇ ਹਨ, ਤੁਸੀਂ ਨਾਰਮਲ ਨਾਰੀਅਲ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਜਾਂ ਜੈਤੂਨ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਵਾਲਾਂ ਦੀ ਗੱਲ ਕੀਤੀ ਜਾਵੇ ਤਾਂ ਜੇ ਵਾਲਾਂ ਵਿੱਚ ਸਿੱਕਰੀ ਹੈ, ਚੰਗੀ ਤਰੀਕੇ ਨਾਲ ਤੁਸੀਂ ਵਾਲ ਵਾਹੇ ਨਹੀਂ ਹੋਏ, ਵੈਸੇ ਤਾਂ ਅੱਜ ਕੱਲ੍ਹ ਸਾਰੇ ਕਹਿੰਦੇ ਹਨ ਮੈਸੀ ਦਾ ਜ਼ਮਾਨਾ ਹੈ, ਬਟ ਮੈਸੀ ਆਪਣੇ ਆਪ ਉਸ ਚੀਜ਼ ਨੂੰ ਮੈਸੀ ਕਰਨਾ ਉਹ ਇੱਕ ਅਲੱਗ ਚੀਜ਼ ਹੁੰਦੀ ਹੈ, ਇਨਸਟੈਂਟ ਚੰਗੀ ਤਰ੍ਹਾਂ ਜੇ ਸਿਰ ਹੀ ਨਹੀਂ ਲਗਾਇਆ ਹੋਇਆ ਹੈ ਫਿਰ ਉਹ ਕਿੱਦਾਂ ਦਾ ਲੱਗੇਗਾ। ਤਾਂ ਹਮੇਸ਼ਾ ਆਪਣੀ ਸਕਿਨ ਦਾ, ਆਪਣੇ ਵਾਲਾਂ ਦਾ, ਆਪਣੇ ਨਹੁੰਾਂ ਦਾ, ਪੈਰਾਂ ਦਾ ਆਪਣਾ ਧਿਆਨ ਰੱਖੋ, ਉਹ ਤੁਹਾਡੀ ਦਿੱਖ ਵਿੱਚ ਚਾਰ ਚੰਨ ਲਾ ਦਿੰਦਾ ਹੈ। ਹੁਣ ਜਦੋਂ ਆਪਾਂ ਨਹਾਉਣ ਦੀ, ਸਕਿਨ ਦੀ ਅਤੇ ਵਾਲਾਂ ਦੀ ਗੱਲ ਕਰ ਲਈ ਹੈ, ਹੁਣ ਗੱਲ ਕਰਦੇ ਹਾਂ ਅੰਡਰ ਗਾਰਮੈਂਟਸ ਦੀ। ਜ਼ਿਆਦਾਤਰ ਲੋਕੀ ਇਸ ਚੀਜ਼ ਨੂੰ ਅਣਗੌਲਿਆਂ ਕਰ ਦਿੰਦੇ ਹਨ, ਪਰ ਅੰਡਰ ਗਾਰਮੈਂਟਸ ਤੁਹਾਡੀ ਪੂਰੀ ਦਿੱਖ ਨੂੰ ਬਣਾ ਵੀ ਸਕਦੇ ਹਨ ਅਤੇ ਬਹੁਤ ਬੁਰੇ ਤਰੀਕੇ ਨਾਲ ਵਿਗਾੜ ਵੀ ਸਕਦੇ ਹਨ। ਤੁਸੀਂ ਆਪ ਹੀ ਵੇਖਿਆ ਹੋਵੇਗਾ ਕਈ ਵਾਰ ਲੇਡੀਜ਼ ਬਹੁਤ ਖੁੱਲੇ ਗਲ ਤਾਂ ਪਾ ਲੈਂਦੀਆਂ ਹਨ, ਬਟ ਉਹਨਾਂ ਨੂੰ ਆਪਣੀ ਅੰਡਰਗਾਰਮੈਂਟ ਸਾਹਮਣੇ ਨਹੀਂ ਆਉਂਦੇ। ਸੋ ਇਸ ਕਰਕੇ ਜਿੱਦਾਂ ਦੇ ਵੀ ਕੱਪੜੇ ਤੁਸੀਂ ਪਾਉਣਾ ਚਾਹੁੰਦੇ ਹੋ, ਮੈਂ ਤੁਹਾਨੂੰ ਇਹ ਨਹੀਂ ਕਹਾਂਗੀ ਕਿ ਤੁਸੀਂ ਇੱਕ ਪਰਟੀਕੁਲਰ ਤਰ੍ਹਾਂ ਦੇ ਕੱਪੜੇ ਪਾਓ ਜਾਂ ਢੱਕੇ ਕੱਪੜੇ ਭਾਜੇ ਪਾ ਸਕਦੇ ਹੋ, ਉਹਦੇ ਵਰਗੀ ਕੋਈ ਚੀਜ਼ ਨਹੀਂ ਹੈ, ਪਰ ਜੇ ਕਿਸੇ ਤਰੀਕੇ ਨਾਲ ਵੀ ਤੁਸੀਂ ਕੱਪੜੇ ਪਾਉਣੇ ਹਨ ਜਿਹੜੇ ਕਿ ਥੋੜੇ ਜਿਹੇ ਰਿਵੀਲਿੰਗ ਹਨ, ਤਾਂ ਘੱਟੋ ਘੱਟ ਜਿਹੜੇ ਅੰਡਰਗਾਰਮੈਂਟਸ ਹਨ ਉਹ ਅਕੋਰਡਿੰਗਲੀ ਤੁਸੀਂ ਉਹਨਾਂ ਦੇ ਹਿਸਾਬ ਨਾਲ ਪਾਓ। ਇਹ ਨਾ ਹੋਵੇ ਕਿ ਤੁਹਾਡੀ ਜਿਹੜੀ ਤੁਸੀਂ ਇੰਨਾ ਮੁਸ਼ਕਿਲ ਨਾਲ ਜਾਂ ਇੰਨੀ ਮਿਹਨਤ ਨਾਲ ਜਿਹੜਾ ਤੁਸੀਂ ਤਿਆਰ ਹੋਏ ਸੀ ਉਹ ਇੱਕ ਤੁਹਾਡਾ ਕੋਈ ਅੰਡਰਗਾਰਮੈਂਟ ਉਹਨੂੰ ਖਰਾਬ ਕਰ ਦੇਵੇ। ਅੰਡਰਗਾਰਮੈਂਟਸ ਦੇ ਮਾਮਲੇ ਵਿੱਚ ਤੁਹਾਨੂੰ ਤੁਹਾਡੀ ਸ਼ੇਪ ਦਾ, ਸਾਈਜ਼ ਦਾ, ਕੱਟ ਦਾ ਪਤਾ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਆਪਣੀ ਬਰਾ ਦੇ ਸਾਈਜ਼ ਦਾ ਨਹੀਂ ਪਤਾ ਹੈ ਤਾਂ ਤੁਸੀਂ ਮੇਰੀ ਵੀਡੀਓ ਵੀ ਵੇਖ ਸਕਦੇ ਹੋ ਜਿਹਦੇ ਵਿੱਚ ਮੈਂ ਗੱਲ ਕੀਤੀ ਹੈ ਕਿ ਤੁਸੀਂ ਘਰੇ ਆਰਾਮ ਨਾਲ ਆਪਣੇ ਬਰਾ ਦੇ ਸਾਈਜ਼ ਨੂੰ ਕਿਵੇਂ ਚੈੱਕ ਕਰ ਸਕਦੇ। ਅੰਡਰਗਾਰਮੈਂਟਸ ਤੋਂ ਬਾਅਦ ਹੁਣ ਗੱਲ ਆਉਂਦੀ ਹੈ ਜਿਹੜੇ ਕੱਪੜੇ ਤੁਸੀਂ ਪਾਉਣੇ ਹਨ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਦਾਂ ਦੀ ਥਾਂ ਤੇ ਜਾ ਰਹੇ ਹੋ ਤੇ ਉੱਥੇ ਕਿੱਦਾਂ ਦੇ ਕੱਪੜੇ ਸੂਟ ਕਰਨਗੇ, ਤਾਂ ਤੁਹਾਨੂੰ ਉਦਾਂ ਦੀ ਡਰੈਸ ਦਾ ਪਹਿਲਾਂ ਪਤਾ ਹੋਣਾ ਚਾਹੀਦਾ ਹੈ। ਜਿਹੜੀ ਵੀ ਤੁਸੀਂ ਡਰੈਸ ਪਾ ਰਹੇ ਹੋ ਉਹਨੂੰ ਪਹਿਲਾਂ ਤਿਆਰ ਕਰ ਲਵੋ, ਉਹਦੇ ਨਾਲ ਕਿੱਦਾਂ ਦੇ ਜੁੱਤੇ ਜਾਣਗੇ, ਜੇ ਤੁਸੀਂ ਮੇਕਅਪ ਕਰ ਰਹੇ ਹੋ ਤਾਂ ਕਿੱਦਾਂ ਦਾ ਹੋਵੇਗਾ, ਜੇ ਤੁਸੀਂ ਵਾਲਾਂ ਦਾ ਸਟਾਈਲ ਬਣਾ ਰਹੇ ਹੋ ਤਾਂ ਕਿੱਦਾਂ ਦਾ ਹੋਵੇਗਾ। ਇਹ ਸਭ ਚੀਜ਼ਾਂ ਜੇ ਤੁਹਾਨੂੰ ਪਹਿਲਾਂ ਪਤਾ ਹੋਣਗੀਆਂ ਤਾਂ ਇੱਕ ਤਾਂ ਇਹ ਸਮੇਂ ਨੂੰ ਬਚਾਉਣਗੀਆਂ, ਸੈਕਿੰਡਲੀ ਜਿਹੜਾ ਲਾਸਟ ਮਿੰਟ ਤੇ ਕਈ ਵਾਰੀ ਪ੍ਰੋਬਲਮਸ ਹੋ ਜਾਂਦੀਆਂ ਹਨ ਸਾਡੀ ਆਊਟਫਿਟ ਨੂੰ ਲੈ ਕੇ, ਤੁਸੀਂ ਉਹ ਤੋਂ ਵੀ ਬਚ ਜਾਓ। ਜਦੋਂ ਕੱਪੜਿਆਂ ਦੀ ਗੱਲ ਕਰ ਹੀ ਰਹੇ ਹਾਂ ਤਾਂ ਇੱਥੇ ਦੋ ਚੀਜ਼ਾਂ ਹੋਰ ਵੀ ਦੱਸਣੀਆਂ ਜ਼ਰੂਰੀ ਹਨ।
ਪਹਿਲੀ ਗੱਲ, ਆਪਣੇ ਕੱਪੜਿਆਂ ਨੂੰ ਹਮੇਸ਼ਾ ਪ੍ਰੈਸ ਕਰਕੇ ਹੀ ਪਾਵੋ। ਜ਼ਿਆਦਾਤਰ ਪੰਜਾਬ ਵਿੱਚ ਆਪਾਂ ਸੂਟ ਪਾਉਂਦੇ ਹਾਂ, ਸੂਟ ਬਹੁਤ ਸਾਰੇ ਡਿਫਰੈਂਟ ਫੈਬਰਿਕਸ ਦੇ ਆਉਂਦੇ ਹਨ, ਪਰ ਜੇ ਤੁਸੀਂ ਉਹਨਾਂ ਨੂੰ ਪ੍ਰੈਸ ਕਰਕੇ ਪਾਓਗੇ ਤਾਂ ਉਹਨਾਂ ਦੀ ਲੁੱਕ ਕੰਪਲੀਟਲੀ ਬਦਲ ਜਾਵੇਗੀ। ਪੰਜਾਬ ਵਿੱਚ ਸਪੈਸ਼ਲੀ, ਕਿਉਂਕਿ ਆਪਾਂ ਭਾਰੀਆਂ ਦੁਪੱਟੇ ਲੈਣ ਦੀ ਆਪਾਂ ਨੂੰ ਆਦਤ ਹੁੰਦੀ ਹੈ, ਜੇ ਤਾਂ ਤੁਹਾਡੇ ਦੁਪੱਟੇ ਨੂੰ ਪ੍ਰੈਸ ਦੀ ਲੋੜ ਨਹੀਂ ਹੈ ਤਾਂ ਠੀਕ ਹੈ, ਪਰ ਜੇ ਤੁਸੀਂ ਸ਼ਿਫੋਨ ਲੈ ਰਹੇ ਹੋ ਜਾਂ ਡਰੈਸ ਦੇ ਨਾਲ ਕੋਈ ਮਿਲਦਾ ਜੁਲਦਾ ਦੁਪੱਟਾ ਲੈ ਰਹੇ ਹੋ ਤਾਂ ਦੁਪੱਟਿਆਂ ਨੂੰ ਵੀ ਨਾਲ ਜ਼ਰੂਰ ਪ੍ਰੈਸ ਕਰੋ। ਇਸ ਤੋਂ ਇਲਾਵਾ ਨੈਕਸਟ ਚੀਜ਼ ਆਉਂਦੀ ਹੈ ਕਿ ਵੈਲ ਫਿਟਡ ਕੱਪੜੇ ਪਾਓ। ਟਾਈਟ ਅਤੇ ਵੈਲ ਫਿਟਡ ਵਿੱਚ ਫਰਕ ਹੁੰਦਾ ਹੈ। ਅੱਜ ਕੱਲ੍ਹ ਸਾਨੂੰ ਲੱਗਦਾ ਹੈ ਕਿ ਜੇ ਅਸੀਂ ਟਾਈਟ ਕੱਪੜੇ ਪਾਵਾਂਗੇ ਤਾਂ ਅਸੀਂ ਮਾਡਰਨ ਲੱਗਦੇ ਹਾਂ, ਅਸੀਂ ਚੰਗੇ ਲੱਗਦੇ ਹਾਂ, ਇਦਾਂ ਦਾ ਬਿਲਕੁਲ ਨਹੀਂ ਹੈ। ਹੁਣ ਇੱਥੇ ਧਿਆਨ ਰੱਖੋ ਕਿ ਜਦੋਂ ਆਪਾਂ ਵੈਲ ਫਿਟਡ ਅਤੇ ਟਾਈਟ ਕਲੋਥਸ ਦੀ ਗੱਲ ਕਰਦੇ ਹਾਂ ਤਾਂ ਟਾਈਟ ਕਲੋਥਸ ਚੰਗੇ ਵੀ ਲੱਗ ਸਕਦੇ ਹਨ, ਪਰ ਜੇ ਤੁਹਾਡੀ ਬੋਡੀ ਉਸ ਹਿਸਾਬ ਨਾਲ ਮੇਨਟੇਨ ਹੋਵੇ ਤਾਂ ਆਪਣੀ ਬੋਡੀ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪੰਜਾਬ ਵਿੱਚ ਅਸੀਂ ਕਸਰਤ ਨੂੰ ਬਿਲਕੁਲ ਤਰਜੀਹ ਨਹੀਂ ਦਿੰਦੇ, ਪਰ ਜਿੰਨਾ ਹੋ ਸਕੇ ਬੋਡੀ ਨੂੰ ਮੇਨਟੇਨ ਰੱਖੋ, ਜਿੰਨਾ ਹੋ ਸਕੇ ਆਪਣੇ ਆਪ ਨੂੰ ਚਰਬੀ ਤੋਂ ਦੂਰ ਰੱਖੋ, ਜਿੰਨਾ ਹੋ ਸਕੇ ਤੁਸੀਂ ਆਪਣੇ ਕੰਮ ਆਪ ਕਰੋ, ਸੋ ਦੈਟ ਤੁਹਾਡਾ ਸਰੀਰ ਸੋਹਣਾ ਲੱਗੇ। ਜਦੋਂ ਸਰੀਰ ਸੋਹਣਾ ਲੱਗੇਗਾ ਤਾਂ ਚੰਗੇ ਸਰੀਰ, ਇੱਕ ਤੰਦਰੁਸਤ ਸਰੀਰ ਉੱਤੇ ਕੁਝ ਵੀ ਜੱਜ ਜਾਂਦਾ ਹੈ। ਧਿਆਨ ਦੇਵੋ ਕਿ ਫਿਰ ਤੁਸੀਂ ਕੁਝ ਬਜ਼ੁਰਗ ਔਰਤਾਂ ਨੂੰ ਵੇਖਿਆ ਹੋਏਗਾ, ਨਾਰਮਲ ਖੁੱਲੇ ਕੱਪੜੇ ਪਾਏ ਹੁੰਦੇ ਹਨ, ਕੋਈ ਮੇਕਅਪ ਨਹੀਂ ਕੀਤਾ ਹੁੰਦਾ, ਕੋਈ ਹੇਅਰ ਸਟਾਈਲ ਨਹੀਂ ਕੀਤਾ ਹੁੰਦਾ, ਸਿੰਪਲ ਇੱਕ ਜੂੜਾ ਬਣਾਇਆ ਹੁੰਦਾ ਹੈ, ਔਰ ਕਿੰਨੇ ਪਿਆਰੇ ਲੱਗ ਰਹੇ ਹੁੰਦੇ ਹਨ। ਸੋ ਇਸ ਕਰਕੇ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਬਹੁਤ ਟਾਈਟ, ਬਹੁਤ ਰਿਵੀਲਿੰਗ ਕੱਪੜੇ ਹੀ ਪਾਵੋਗੇ, ਉਹੀ ਕੱਪੜੇ ਤੁਹਾਨੂੰ ਜਚਣਗੇ। ਤੁਹਾਨੂੰ ਉਹਨਾਂ ਕੱਪੜਿਆਂ ਦੀ ਲੋੜ ਹੈ ਜਿਹੜਾ ਇੱਕ ਤਾਂ ਜਿੱਥੇ ਵੀ ਤੁਸੀਂ ਜਾ ਰਹੇ ਹੋ ਉਸ ਥਾਂ ਦੇ ਮਾਹੌਲ ਦੇ ਹਿਸਾਬ ਨਾਲ ਹੋਣ, ਐਂਡ ਸੈਕਿੰਡਲੀ ਤੁਸੀਂ ਉਹਦੇ ਵਿੱਚ ਕੰਫਰਟੇਬਲ ਹੋ। ਹੁਣ ਜਦੋਂ ਮੈਂ ਗੱਲ ਕੀਤੀ ਕਿ ਮਾਹੌਲ ਦੇ ਹਿਸਾਬ ਨਾਲ ਕੱਪੜੇ ਪਾਓ, ਫੋਰ ਐਗਜ਼ਾਮਪਲ ਤੁਸੀਂ ਕਿਸੇ ਪਾਰਟੀ ਤੇ ਜਾ ਰਹੇ ਹੋ, ਕ੍ਰਿਸਮਸ ਦੀ ਪਾਰਟੀ ਹੈ ਜਾਂ ਤੁਹਾਡੇ ਹਸਬੈਂਡ ਦੇ ਆਫਿਸ ਦੀ ਪਾਰਟੀ, ਅੱਜ ਕੱਲ੍ਹ ਕਿਉਂਕਿ ਲੋਕ ਵੈਸਟਰਨ ਡਰੈਸਿਸ ਪਾਉਣ ਲੱਗ ਗਏ ਹਨ, ਪਰ ਜੇ ਤੁਸੀਂ ਸਹਿਜ ਨਹੀਂ ਮਹਿਸੂਸ ਕਰ ਰਹੇ ਹੋ ਵੈਸਟਰਨ ਡਰੈਸ ਪਾਉਣ ਵਿੱਚ ਤਾਂ ਨਾ ਪਾਓ। ਇਨਸਟੈਡ ਆਪਣੇ ਆਪ ਨੂੰ ਵੀ ਡਿਸਕੰਫਰਟ ਦਵੋਗੇ, ਔਰ ਡਿਸਕੰਫਰਟ ਇੱਕ ਤੋਂ ਦੂਸਰੇ ਤੱਕ ਆਸਾਨੀ ਨਾਲ ਪਹੁੰਚ ਜਾਂਦਾ ਹੈ। ਸੋ ਜੇ ਤੁਸੀਂ ਸਹਿਜ ਮਹਿਸੂਸ ਕਰਦੇ ਹੋ ਵੈਸਟਰਨ ਕੱਪੜੇ ਪਾਉਣ ਵਿੱਚ ਤਾਂ ਹੀ ਪਾਓ, ਅਦਰਵਾਈਜ਼ ਸੂਟ, ਸਲਵਾਰ, ਸਾੜੀ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਹਨ, ਵੈਸਟਰਨ ਕੱਪੜਿਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਹਨ, ਤੁਸੀਂ ਉਹਨੂੰ ਬਹੁਤ ਪਿਆਰੇ ਤਰੀਕੇ ਨਾਲ ਜਚਾ ਸਕਦੇ ਹੋ। ਹੁਣ ਜਦੋਂ ਤੁਹਾਡੇ ਕੱਪੜੇ ਤਿਆਰ ਹਨ, ਪ੍ਰੈਸ ਹਨ, ਤੁਹਾਨੂੰ ਪਤਾ ਹੈ ਤੁਸੀਂ ਉਹਨਾਂ ਨੇ ਕਿਵੇਂ ਜਚਾਉਣਾ ਹੈ, ਹੁਣ ਵਾਰੀ ਆਉਂਦੀ ਹੈ ਮੇਕਅਪ ਦੀ। ਵੈਲ ਇਹ ਥੋੜ੍ਹਾ ਜਿਹਾ ਕੰਟਰੋਵਰਸ਼ੀਅਲ ਹੋ ਜਾਂਦਾ ਹੈ, ਮੈਂ ਪਰਸਨਲੀ ਮੇਕਅਪ ਨੂੰ ਪਸੰਦ ਨਹੀਂ ਕਰਦੀ, ਪਰ ਕਦੀ ਕਿਤੇ ਮੇਕਅਪ ਮੈਂ ਵੀ ਕਰ ਲੈਂਦੀ ਹਾਂ। ਤਾਂ ਜੇ ਤਾਂ ਤੁਸੀਂ ਮੇਕਅਪ ਕਰਦੇ ਹੋ ਬਹੁਤ ਵਧੀਆ ਹੈ, ਜੇ ਤੁਸੀਂ ਉਹਦੇ ਵਿੱਚ ਤੁਹਾਨੂੰ ਇਕਦਮ ਸਹੀ ਪਤਾ ਤੁਸੀਂ ਕਿੱਦਾਂ ਦਾ ਮੇਕਅਪ ਕਰਨਾ ਹੈ, ਬਹੁਤ ਵਧੀਆ ਹੈ। ਪਰ ਆਪਾਂ ਜ਼ਿਆਦਾਤਰ ਵੇਖਿਆ ਹੈ ਪੰਜਾਬ ਵਿੱਚ, ਇੰਡੀਆ ਵਿੱਚ ਬਹੁਤ ਲੋਕਾਂ ਨੂੰ ਜਾਂ ਬਹੁਤ ਲੇਡੀਜ਼ ਨੂੰ ਮੇਕਅਪ ਦੇ ਵਿੱਚ ਬਲੰਡਰ ਕਰਦਿਆਂ ਨੂੰ। ਸੋ ਇਸ ਕਰਕੇ ਹਮੇਸ਼ਾ ਘੱਟ ਮੇਕਅਪ ਕਰੋ। ਜੇ ਤੁਹਾਡੀਆਂ ਆਈਜ਼ ਦਾ ਮੇਕਅਪ ਹੈਵੀ ਕਰ ਰਹੇ ਹੋ ਤਾਂ ਲਿਪਸ ਦਾ ਘੱਟ ਕਰੋ, ਜੇ ਲਿਪਸ ਦਾ ਹੈਵੀ ਕਰ ਰਹੇ ਹੋ ਤਾਂ ਆਈਜ਼ ਦਾ ਘੱਟ ਕਰੋ। ਇਹਨਾਂ ਦੋਵਾਂ ਵਿੱਚੋਂ ਤੁਸੀਂ ਇੱਕ ਦਾ ਮੇਕਅਪ ਘੱਟ ਕਰਨਾ ਹੁੰਦਾ ਹੈ। ਅਪਾਰਟ ਫਰੋਮ ਦੈਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਹੜੇ ਰੰਗ ਤੁਹਾਡੇ ਤੇ ਜੱਚਦੇ ਹਨ। ਪੰਜਾਬ ਵਿੱਚ ਜਿਹੜੇ ਬਲੰਡਰ ਹੁੰਦੇ ਹਨ, ਬਲੈਕ ਆਈਲਾਈਨਰ ਦੇ ਵਿੱਚ ਰੈੱਡ ਲਿਪਸਟਿਕ ਭਰ ਲੈਣੀ, ਪਲੀਜ਼ ਉਹਨਾਂ ਤੋਂ ਬਚੋ, ਹਮੇਸ਼ਾ ਜਿੰਨਾ ਹੋ ਸਕੇ ਮਿਨੀਮਲ ਮੇਕਅਪ ਕਰੋ। ਪਰ ਇਹ ਤੁਸੀਂ ਸਿਰਫ ਤਾਂ ਹੀ ਕਰ ਸਕਦੇ ਹੋ ਜੇ ਤੁਹਾਡੀ ਸਕਿਨ ਥੱਲੇ ਚੰਗੀ ਹੋਵੇਗੀ। ਸੋ ਅਗੇਨ ਸੈਕਿੰਡ ਪੁਆਇੰਟ ਇਹੀ ਕਿ ਆਪਣੀ ਸਕਿਨ ਦਾ ਧਿਆਨ ਦੇਣਾ ਵੀ ਜ਼ਰੂਰੀ ਹੈ। ਕੱਪੜੇ ਵੀ ਹੋ ਗਏ, ਮੇਕਅਪ ਵੀ ਹੋ ਗਿਆ, ਹੁਣ ਗੱਲ ਆਉਂਦੀ ਹੈ ਇੱਕ ਬਹੁਤ ਵਧੀਆ ਹੈਂਡਬੈਗ ਜਾਂ ਇੱਕ ਪਰਸ ਦੀ। ਤੁਸੀਂ ਆਪਣੀ ਡਰੈਸ ਦੇ ਨਾਲ ਮਿਲਦਾ ਜੁਲਦਾ ਪਰਸ ਵੀ ਲੈ ਕੇ ਜਾ ਸਕਦੇ ਹੋ, ਜਾਂ ਤੁਸੀਂ ਕੰਪਲੀਟਲੀ ਆਪੋਜ਼ਿਟ ਕਲਰ ਜਾਂ ਕੰਟਰਾਸਟ ਸ਼ੇਡ ਵੀ ਲੈ ਕੇ ਜਾ ਸਕਦੇ ਹੋ। ਪਰ ਇਹ ਨਾ ਹੋਵੇ ਕਿ ਤੁਸੀਂ ਬਹੁਤ ਸਾਰੇ ਨਿਕੰਮੇ ਪਰਸ ਇਕੱਠੇ ਕੀਤੇ ਹੋ। ਇਨਸਟੈਂਟ ਇੱਕ ਜਾਂ ਦੋ ਪਰਸ ਦੇ ਵਿੱਚ ਇਨਵੈਸਟ ਕਰੋ। 100-100 ਰੁਪਏ ਦੇ 10 ਪਰਸ ਲੈਣ ਤੋਂ ਬੈਟਰ ਹੈ ਕਿ ਤੁਸੀਂ 1000 ਦਾ ਚੰਗਾ ਪਰਸ ਲਓ, ਜਿਹੜਾ ਕਿ ਚੰਗਾ ਹੋਵੇ, ਦਿਸਣ ਵਿੱਚ ਉਹ ਬਿਲਕੁਲ ਚੀਪ ਨਾ ਲੱਗਦਾ ਹੋਵੇ, ਉਹਦੇ ਵਿੱਚ ਤੁਸੀਂ ਆਪਣਾ ਸਮਾਨ ਸਾਂਭ ਸਕਦੇ ਹੋ, ਬਹੁਤ ਜ਼ਿਆਦਾ ਵੱਡਾ ਨਾ ਹੋਵੇ ਅਤੇ ਇਸ ਤੋਂ ਇਲਾਵਾ ਤੁਹਾਡੀ ਆਲਮੋਸਟ ਹਰ ਡਰੈਸ ਨਾਲ ਜਾਂਦਾ ਹੋਵੇ। ਹੁਣ ਜਦੋਂ ਤੁਸੀਂ ਇੱਕਦਮ ਜੱਜ ਕੇ ਤਿਆਰ ਹੋ ਤਾਂ ਇੱਥੇ ਧਿਆਨ ਰੱਖਣ ਯੋਗ ਹੈ ਕਿ ਤੁਹਾਡੀ ਪੂਰੀ ਆਊਟਫਿਟ ਦੇ ਵਿੱਚ ਇੱਕ ਯੂਨੀਕ ਪੀਸ ਹੋਵੇ।
ਜੇ ਤੁਸੀਂ ਪੂਰੀ ਬਲੈਕ ਡਰੈਸਿੰਗ ਕੀਤੀ ਹੈ, ਹੋ ਸਕਦਾ ਹੈ ਕਿ ਤੁਸੀਂ ਨਾਲ ਇੱਕ ਸਟ੍ਰਾਈਕਿੰਗ ਰੈੱਡ ਕਲਰ ਦਾ ਬੈਗ ਲੈ ਲਿਆ, ਉਹ ਤੁਹਾਡਾ ਯੂਨੀਕ ਪੀਸ ਹੋ ਗਿਆ। ਜੇ ਤੁਸੀਂ ਉੱਪਰ ਤੋਂ ਥੱਲੇ ਤੱਕ ਬਲੈਕ ਬੈਗ ਵੀ ਨਾਲ ਲਿਆ ਹੈ, ਜਾਂ ਫਿਰ ਤੁਸੀਂ ਹੋ ਸਕਦਾ ਰੈੱਡ ਲਿਪਸਟਿਕ ਲਾਈ ਹੋਵੇ, ਤਾਂ ਤੁਹਾਡਾ ਮੇਕਅਪ, ਜੁੱਤੀ, ਘੜੀ, ਚਸ਼ਮਾ, ਬੈਗ, ਕੁਛ ਵੀ ਇੱਦਾਂ ਦਾ ਯੂਨੀਕ ਪੀਸ ਤੁਸੀਂ ਆਪਣੇ ਨਾਲ ਜ਼ਰੂਰ ਰੱਖੋ। ਤੇ ਜਦੋਂ ਹੁਣ ਤੁਸੀਂ ਬਿਲਕੁਲ ਤਿਆਰ ਹੋ ਤਾਂ ਮੁਸਕਰਾਉਣਾ ਨਾ ਭੁੱਲੋ। ਅੱਜ ਕੱਲ੍ਹ ਪੰਜਾਬ ਵਿੱਚ ਲੋਕ ਮੁਸਕਰਾਹਟ ਨੂੰ ਭੁੱਲਦੇ ਜਾ ਰਹੇ ਹਨ। ਪਲੀਜ਼ ਜਿੰਨਾ ਹੋ ਸਕੇ ਓਨਾ ਮੁਸਕਰਾਓ, ਤੁਹਾਡੇ ਆਪਣੇ ਲਈ ਚੰਗਾ ਹੈ, ਤੁਹਾਡੇ ਨਾਲਦਿਆਂ ਲਈ ਚੰਗਾ ਹੈ। ਮੁਸਕਰਾਉਣ ਦਾ ਤੁਹਾਨੂੰ ਕਦੀ ਵੀ ਕਾਰਨ ਨਹੀਂ ਲੱਭਣਾ ਚਾਹੀਦਾ, ਜਦੋਂ ਹੋ ਸਕੇ ਉਦੋਂ ਹੀ ਮੁਸਕਰਾ ਦੇਣਾ ਚਾਹੀਦਾ ਹੈ। ਤੁਸੀਂ ਇਕੱਲੇ ਹੋਵੋ, ਟੀਵੀ ਵੇਖ ਰਹੇ ਹੋਵੋ, ਰੋਟੀ ਬਣਾ ਰਹੇ ਹੋਵੋ, ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਵੀ ਹੋਵੇ ਉਦੋਂ ਮੁਸਕਰਾ ਦਿਓ। ਸਵੇਰ ਦੀ ਸ਼ੁਰੂਆਤ ਹਮੇਸ਼ਾ ਇੱਕ ਮੁਸਕਰਾਹਟ ਨਾਲ ਕਰੋ, ਤੁਹਾਡੀ ਪੂਰੀ ਦੀ ਪੂਰੀ ਦਿੱਖ ਤੇ ਚਾਰ ਚੰਦ ਲਾ ਦਿੰਦੀ ਹੈ। ਤਾਂ ਇਸ ਕਰਕੇ ਜਦੋਂ ਵੀ ਤਿਆਰ ਹੋਵੋ, ਕਿਤੇ ਜਾਣ ਲੱਗੋ, ਸਿਰਫ ਸ਼ੀਸ਼ੇ ਵੱਲ ਵੇਖ ਕੇ ਥੋੜਾ ਜਿਹਾ ਮੁਸਕਰਾ ਦਿਓ, ਤੁਸੀਂ ਵੇਖੋਗੇ ਤੁਸੀਂ ਜ਼ਿਆਦਾ ਸੋਹਣੇ ਲੱਗਣ ਲੱਗ ਜਾਓ। ਤਾਂ ਇਹ ਸੀ ਅੱਜ ਦੀ ਵੀਡੀਓ। ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇ ਤੁਹਾਨੂੰ ਇੱਦਾਂ ਦੀਆਂ ਵੀਡੀਓਜ਼ ਪਸੰਦ ਹਨ, ਪਲੀਜ਼ ਮੈਨੂੰ ਕਮੈਂਟ ਬਾਕਸ ਵਿੱਚ ਲਿਖਣਾ ਨਾ ਭੁੱਲਣਾ, ਕਿਉਂਕਿ ਜੋ ਵੀ ਮੇਰੇ ਮਨ ਵਿੱਚ ਆਉਂਦਾ ਹੈ ਮੈਂ ਜ਼ਿਆਦਾਤਰ ਆਪਣੇ ਚੈਨਲ 'ਤੇ ਦੱਸ ਦਿੰਦੀ ਹਾਂ। ਤੁਹਾਡੇ ਸਾਰਿਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ, ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਤੁਹਾਡੇ ਸਾਰੇ ਜਾਣਿਆਂ ਦੇ ਇਸ ਪਿਆਰ ਦੇ ਲਈ। ਤਾਂ ਜੇ ਤੁਹਾਨੂੰ ਇੱਦਾਂ ਦੀਆਂ ਵੀਡੀਓਜ਼ ਪਸੰਦ ਹਨ, ਪਲੀਜ਼ ਮੈਨੂੰ ਜ਼ਰੂਰ ਲਿਖੋ। ਕੁਝ ਪਰਟੀਕੁਲਰ ਟੋਪਿਕਸ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੀਆਂ ਵੀਡੀਓਜ਼ ਉਹਨਾਂ ਉੱਤੇ ਬਣਾਵਾਂ, ਉਹਨਾਂ ਨੂੰ ਵੀ ਲਿਖਣਾ ਥੱਲੇ ਕਮੈਂਟਸ ਬਾਕਸ ਵਿੱਚ ਨਾ ਭੁੱਲਣਾ। ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਦੇ ਲਈ ਧੰਨਵਾਦ।